ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਂਦਰ ਸਰਕਾਰ ਦੀ ਜਿਸ ਦੇ ਵੱਲੋਂ ਤੇਲ ਦੇ ਰੇਟਾਂ ਨਾ ਘਟਾਉਣ ਨੂੰ ਲੈ ਕੇ ਜਵਾਬ ਦੇ ਦਿੱਤਾ ਗਿਆ ਹੈ ਕਿ 2024 ਦੇ ਵਿੱਚ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਨੂੰ ਟੱਕਰ ਦੇ ਸਕਦੇ ਨੇ ਇਸ ਬਾਰੇ ਇੱਕ ਸਰਵੇ ਸਾਹਮਣੇ ਆ ਗਿਆ ਹੈ ਮਾਨ ਸਰਕਾਰ ਦੇ ਇੱਕ ਮੰਤਰੀ ਦੀ ਕਥਿਤ ਕਾਲ ਰਿਕਾਰਡਿੰਗ ਵਾਇਰਲ ਹੋ ਗਈ ਹੈ ਸਿਆਸਤ ਦੇ ਵਿੱਚ ਹੜਕੰਪ ਮਚ ਗਿਆ ਹੈ ਪਠਾਨ ਮਾਜਰਾ ਨੇ ਆਪਣੀ ਦੂਜੀ ਪਤਨੀ ਤੇ ਪਰਚਾ ਦਰਜ ਕਰਵਾਦਿਆ ਕheti ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਗਈ ਹੈ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਿਆਂ ਤੇ ਬੈਣ ਲੱਗ ਗਿਆ ਏ ਉਹ ਕਿਉਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕੇਂਦਰ ਸਰਕਾਰ ਤੋਂ ਕਰਦੇ ਹਾਂ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੇ ਦੋ ਮੁੱਦੇ ਨੇ ਇੱਕ ਹੈ ਬੇਰੋਜ਼ਗਾਰੀ ਅਤੇ ਦੂਜਾ ਹੈ ਮਹਿੰਗਾਈ ਮਹਿੰਗਾਈ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਵਾਲ ਕੇਂਦਰ ਸਰਕਾਰ ਤੋਂ ਇਸ ਵੇਲੇ ਇਹ ਪੁੱਛਿਆ ਜਾ ਰਿਹਾ ਸੀ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵਧੀਆਂ ਸਨ ਉਦੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਭਾਰਤ ਦੇ ਵਿੱਚ ਵਧਾ ਦਿੱਤੇ ਗਏ ਸਨ ਪਰ ਹੁਣ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟ ਗਈਆਂ ਨੇ ਤਾਂ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਕਿਉਂ ਨਹੀਂ ਘਟਾਏ ਗੇ ਇਸ ਬਾਰੇ ਭਾਰਤ ਦੇ ਪੈਟਰੋਲੀਅਮ ਮੰਤਰੀ ਹਰਦੀਪ ਪੂਰੀ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਹੈ ਪੱਤਰਕਾਰ ਦੇ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਨੇ ਤਾਂ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਿਉਂ ਨਹੀਂ ਘਟ ਰਹੀਆਂ ਹਰਦੀਪ ਪੂਰੀ ਨੇ ਜਵਾਬ ਦਿੱਤਾ ਕਿ ਜਦੋਂ ਕੀਮਤਾਂ ਜ਼ਿਆਦਾ ਵੱਧ ਗਈਆਂ ਸਨ ਕੱਚੇ ਤੇਲ ਦੀਆਂ ਉਦੋਂ ਉਸ ਪੱਧਰ ਤੇ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸੀਂ ਨਹੀਂ ਵਧਾਉਣ ਦਿੱਤੀਆਂ ਸਨ ਤੇਲ ਵਾਲੀਆਂ ਕੰਪਨੀਆਂ ਨੂੰ ਉਸ ਵੇਲੇ ਤੇਲ ਕੰਪਨੀਆਂ ਨੂੰ ਬਹੁਤ ਘਾਟਾ ਪਿਆ ਗਿਆ ਸੀ ਹੁਣ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਨੇ ਤਾਂ ਰੇਟ ਪੈਟਰੋਲ ਅਤੇ ਡੀਜ਼ਲ ਦਾ ਭਾਰਤ ਦੇ ਵਿੱਚ ਉਨਾ ਹੀ ਹੈ ਇਸ ਦਾ ਮਤਲਬ ਹੈ ਕਿ ਅਜੇ ਤੱਕ ਤੇਲ ਕੰਪਨੀਆਂ ਦਾ ਉਹ ਵਾਲਾ ਘਾਟਾ ਪੂਰਾ ਨਹੀਂ ਹੋਇਆ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਸਨ ਹੋਰ ਸਮਾਂ ਲੱਗੇਗਾ ਅਜੇ ਤੇਲ ਦੇ ਰੇਟ ਨਹੀਂ ਕਟਣਗੇ ਪਹਿਲਾਂ ਕੰਪਨੀਆਂ ਆਪਣਾ ਘਾਟਾ ਪੂਰਾ ਕਰਨਗੀਆਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਤੇਲ ਦੇ ਰੇਟ ਘਟ ਸਕਦੇ ਨੇ ਸਿੱਧੇ ਅਤੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਦੇਸ਼ ਦੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦੇ ਵੱਲੋਂ ਇਹ ਜਵਾਬ ਦੇ ਦਿੱਤਾ ਗਿਆ ਕਿ ਪਹਿਲਾਂ ਤੇਲ ਕੰਪਨੀਆਂ ਆਪਣਾ ਘਾਟਾ ਪੂਰਾ ਕਰਨਗੇ ਆ ਉਸ ਤੋਂ ਬਾਅਦ ਹੀ ਤੇਲ ਦੇ ਰੇਟ ਘਟਾਏ ਜਾ ਸਕਦੇ ਨੇ ਅੱਗੇ ਵਧਦੇ ਆ ਇੱਕ ਹੋਰ ਕੇਂਦਰੀ ਮੰਤਰੀ ਦੀ ਗੱਲ ਕਰ ਲੈਨੇ ਆ ਟਰਾਂਸਪੋਰਟ ਮੰਤਰੀ ਨੇ ਭਾਰਤ ਦੇ ਨਿਤਿਨ ਗਟਕਰੀ ਉਹਨਾਂ ਦੇ ਵੱਲੋਂ ਭਾਰਤ ਦੇ ਕਿਸਾਨਾਂ ਨੂੰ ਇੱਕ ਸਲਾਹ ਦਿੱਤੀ ਗਈ ਹੈ ਦਰਅਸਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿਸਾਨਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ 2022 ਤੱਕ ਭਾਰਤ ਦੇ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰ ਦੇਵਾਂਗੇ ਪਰ 2022 ਤੱਕ ਅਜੇ ਹਾ ਨਾ ਹੋ ਸਕਿਆ ਹੁਣ ਕੇਂਦਰ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਗਈ ਹੈ ਤੁਸੀਂ ਕਿਹਾ ਸੀ ਇਹ ਕਿਉਂ ਨਹੀਂ ਹੋ ਸਕਿਆ ਨਿਤਨ ਗੜਕਰੀ ਨੇ ਇਥੇ ਕਿਸਾਨਾਂ ਨੂੰ ਇੱਕ ਸਲਾਹ ਦਿੱਤੀ ਕਿ ਆਮਦਨ ਵਧਾਉਣ ਦੇ ਲਈ ਸਰਕਾਰਾਂ ਤੇ ਨਿਰਪਰ ਨਾ ਰਹੋ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਦੇ ਲਈ ਆਪ ਕੰਮ ਕਰਨੇ ਚਾਹੀਦੇ ਨੇ ਜਿਵੇਂ ਕਿ 50 ਤੋਂ 100 ਕਿਸਾਨ ਰਲ ਕੇ ਇੱਕ ਕੰਪਨੀ ਖੋਲ ਲੈਣ ਤਾਂ ਜੋ ਆਪਣੀ ਫਸਲ ਨੂੰ ਖੁੱਲੀ ਮੰਡੀ ਦੇ ਵਿੱਚ ਨਿਰਯਾਤ ਵੀ ਕਰ ਸਕਣ ਅੰਤਰਰਾਸ਼ਟਰੀ ਪੱਧਰ ਤੇ ਆਪਣੀਆਂ ਫਸਲਾਂ ਵੇਚ ਸਕਣ ਇਸ ਤਰੀਕੇ ਨਾਲ 50 50 100 100 ਕਿਸਾਨਾਂ ਨੂੰ ਮਿਲ ਕੇ ਆਪਸ ਵਿੱਚ ਕੰਪਨੀਆਂ ਬਣਾਉਣੀਆਂ ਚਾਹੀਦੀਆਂ ਨੇ ਅਤੇ ਆਪਣੀਆਂ ਫਸਲਾਂ ਨੂੰ ਖੁੱਲੀਆਂ ਮੰਡੀਆਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਵੇਚਣਾ ਚਾਹੀਦਾ ਹੈ ਉਸ ਦੇ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਇਸ ਤੋਂ ਇਲਾਵਾ ਨਿਤਨ ਗੜਕਰੀ ਨੇ ਇਹ ਵੀ ਸਲਾਹ ਦਿੱਤੀ ਕਿ ਕੋਲਡ ਸਟੋਰੇਜ ਵੀ ਕਿਸਾਨ ਆਪਸ ਵਿੱਚ ਮਿਲ ਕੇ ਸ਼ੁਰੂ ਕਰ ਸਕਦੇ ਨੇ ਤਾਂ ਜੋ ਆਪਣੀ ਫਸਲ ਨੂੰ ਸਟੋਰ ਕਰਕੇ ਰੱਖਣ ਜਦੋਂ ਫਸਲਾਂ ਦੇ ਭਾਅ ਵਧਣ ਉਦੋਂ ਉਹ ਵੇਚ ਸਕਦੇ ਨੇ ਦਰਅਸਲ ਸਰਕਾਰਾਂ ਦੇ ਵੱਲੋਂ ਵਾਅਦਾ ਇਹ ਕੀਤਾ ਜਾਂਦਾ ਹੈ ਕਿ ਕੋਲਡ ਸਟੋਰੇਜ ਅਸੀਂ ਬਣਾ ਕੇ ਦੇਵਾਂਗੇ ਪਰ ਹੁਣ ਨਿਤਨ ਗੜਕਰੀ ਰਹੇ ਨੇ ਇੱਕ ਇੱਕ ਸਾਨਾ ਨੂੰ ਸਰਕਾਰ ਤੇ ਝਾਕ ਨਹੀਂ ਰੱਖਣੀ ਚਾਹੀਦੀ ਹੈ ਆਪਣੀ ਆਮਦਨ ਆਪ ਵਧਾਉਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਨੌਜਵਾਨਾਂ ਨੂੰ ਪਕੌੜੇ ਵੇਚਣ ਦੀ ਸਲਾਹ ਦੇ ਚੁੱਕੇ ਨੇ ਕਿ ਪਕੌੜਿਆਂ ਦੀਆਂ ਰੇੜੀਆਂ ਲਾਉਣਾ ਵੀ ਇੱਕ ਰੋਜ਼ਗਾਰ ਹੈ ਭਾਰਤ ਦੇ ਨੌਜਵਾਨਾਂ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੀਤੇ ਦਿਨੀ ਸਲਾਹ ਦਿੱਤੀ ਸੀ ਕਿ ਜਿਹੜੇ ਨੌਕਰੀਆਂ ਵਾਸਤੇ ਟੈਂਕੀਆਂ ਤੇ ਚੜੇ ਨੇ ਟੈਂਕੀਆਂ ਤੇ ਨਹੀਂ ਚੜਨਾ ਚਾਹੀਦਾ ਉਹਨਾਂ ਨੂੰ ਕੋਈ ਆਪਣਾ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਹੈ ਇਸ ਤਰੀਕੇ ਆਲ ਇਹ ਪੋਲਿਟਿਕਲ ਪਾਰਟੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਕਰਦੀਆਂ ਨੇ ਰੋਜ਼ਗਾਰ ਦੇਾਂਗੇ ਆਮਦਨ ਵਧਾਵਾਂਗੇ ਅਤੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆਤਮ ਨਿਰਪਰ ਹੋਣ ਦੀਆਂ ਸਲਾਹਾਂ ਸਰਕਾਰਾਂ ਦੇ ਵੱਲੋਂ ਦਿੱਤੀਆਂ ਜਾਣ ਲੱਗ ਪੈਂਦੀਆਂ ਨੇ ਅਤੇ ਨਿਤਿਨ ਗੜਕਰੀ ਦੇ ਵੱਲੋਂ ਵੀ ਕਿਸਾਨਾਂ ਨੂੰ ਆਤਮ ਨਿਰਪਰ ਬਣਨ ਦੀ ਸਲਾਹ ਇੱਥੇ ਦੇ ਦਿੱਤੀ ਗਈ ਹੈ ਅੱਗੇ ਵਧਦੇ ਹਾਂ ਇਹ ਬੀਪੀਸੀ ਵੋਟਰ ਦੇ ਵੱਲੋਂ ਇੱਕ ਸਰਵੇ ਕੀਤਾ ਗਿਆ ਸਰਵੇ ਦੇ ਵਿੱਚ ਸਵਾਲ ਭਾਰਤ ਦੇ ਲੋਕਾਂ ਤੋਂ ਇਹ ਪੁੱਛਿਆ ਗਿਆ ਕਿ ਕੀ 2024 ਦੇ ਵਿੱਚ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਚੁਣੌਤੀ ਮੰਨਦੇ ਹੋ ਇਸ ਦੇ ਵਿੱਚ ਜਵਾਬ ਇਹ ਸਾਹਮਣੇ ਆਇਆ ਕਿ 63% ਦੀ ਲੋਕਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਅਤੇ 37% ਦੀ ਲੋਕਾਂ ਨੇ ਨਾ ਦੇ ਵਿੱਚ ਜਵਾਬ ਦਿੱਤਾ ਇਸ ਦਾ ਮਤਲਬ ਹੈ ਇਹ ਸਰਵੇ ਕਹਿੰਦਾ ਹੈ ਕਿ ਭਾਰਤ ਦੇ 63% ਲੋਕ ਇਹ ਸੋਚਦੇ ਨੇ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦੇ ਵਿੱਚ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਨੂੰ ਟੱਕਰ ਦੇ ਸਕਦੇ ਨੇ ਪ੍ਰਧਾਨ ਮੰਤਰੀ ਦੇ ਦਾਵੇਦਾਰ ਦੇ ਤੌਰ ਤੇ ਅਤੇ 37% ਲੋਕਾਂ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਟੱਕਰ ਨਹੀਂ ਦੇ ਸਕਦੇ ਇਸ ਸਰਵੇ ਦੇ ਨਤੀਜਿਆਂ ਤੋਂ ਬਾਅਦ ਆម ਆਦਮੀ ਪਾਰਟੀ ਹੁਣ ਕਾਫੀ ਜ਼ਿਆਦਾ ਖੁਸ਼ ਦਿਖਾਈ ਦਿੰਦੀ ਹੈ ਮਨੀਸ਼ ਸੌਧਿਆਰ ਦੇ ਵੱਲੋਂ ਇਸ ਸਰਵੇ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਮਨੀਸ਼ ਸੌਧਿਆ ਨੇ ਲਿਖਿਆ ਕਿ ਇਹ ਸਰਵੇ ਸਾਹਮਣੇ ਆਉਣ ਤੋਂ ਬਾਅਦ ਮੇਰੇ ਘਰ ਤੇ ਇੱਕ ਈਡੀ ਦੀ ਰੇਡ ਤਾਂ ਜ਼ਰੂਰ ਬਣਦੀ ਹੈ ਹੁਣ ਵੇਖਣਾ ਹੋਵੇਗਾ ਕਿ ਈਡੀ ਦੀ ਰੇਡ ਮੇਰੇ ਘਰੇ ਪੈਂਦੀ ਹੈ ਜਾਂ ਫਿਰ ਇਹ ਬੀਪੀ ਦੇ ਖਿਲਾਫ ਕੇਂਦਰ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਜਿਹੇ ਵਿਅੰਗ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾਣ ਲੱਗ ਪਏ ਜੇਕਰ ਤੁਹਾਨੂੰ এবਪੀਸੀ ਵੋਟਰ ਦੇ ਬਾਰੇ ਜਾਣਕਾਰੀ ਦੇਈਏ ਤਾਂ ਸੀ ਵੋਟਰ ਉਹੀ ਸਰਵੇ ਵਾਲੀ ਕੰਪਨੀ ਹੈ ਜਿਸ ਦੇ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਦਿੱਤੀਆਂ ਗਈਆਂ ਸਨ 2022 ਦੀਆਂ ਚੋਣਾਂ ਦੇ ਵਿੱਚ ਵੀ ਸੀ ਵੋਟਰ ਨੇ ਚੰਗੀਆਂ ਵਧੀਆ ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਸਨ 17 ਵਾਲਾ ਜਿਹੜਾ ਸਰਵੇ ਸੀ ਉਹ ਕਾਫੀ ਦੂਰ ਰਹਿ ਗਿਆ ਸੀ ਪਰ 2022 ਵਾਲਾ ਸਰਵੇ ਬਿਲਕੁਲ ਨਜ਼ਦੀਕ ਹੀ ਰਿਹਾ ਸੀ ਜਿੰਨੀਆਂ ਕੁ ਸੀਟਾਂ ਸੀ ਵੋਟਰ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਸਨ ਉਸ ਤੋਂ ਕੁਝ ਵੱਧ ਹੀ ਆਮ ਆਦਮੀ ਪਾਰਟੀ ਨੂੰ 22 ਦੀਆਂ ਚੋਣਾਂ ਦੇ ਵਿੱਚ ਮਿਲੀਆਂ ਸਨ ਸ਼ਾਇਦ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਸੀ ਵੋਟਰ ਦੇ ਇਸ ਸਰਵੇਤੋਂ ਕਾਫੀ ਜ਼ਿਆਦਾ ਖੁਸ਼ ਇਥੇ ਦਿਖਾਈ ਦਿੰਦੀ ਹੈ ਅੱਗੇ ਵਧਦੇ ਆ ਦਿੱਲੀ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਪਹਿਲਾਂ ਹੀ ਈਡੀ ਅਤੇ ਸੀਬੀਆਈ ਦੇ ਵੱਲੋਂ ਸ਼ਰਾਬ ਘੁਟਾਲੇ ਦੀ ਜਾਂਚ ਕਥਿਤ ਸ਼ਰਾਬ ਘੁਟਾਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਤੱਕ ਵੀ ਉਸ ਦਾ ਸੇਕ ਪਹੁੰਚ ਗਿਆ ਹੈ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਛਾਪੇਮਾਰੀ ਈਡੀ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਹੁਣ ਦਿੱਲੀ ਦੇ LG ਦੇ ਵੱਲੋਂ ਪ੍ਰਮੁੱਖ ਸਕੱਤਰ ਦੇ ਇੱਕ ਹੋਰ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਦਿੱਲੀ ਦੇ ਪ੍ਰਮੁੱਖ ਸਕੱਤਰ ਦੇ ਵੱਲੋਂ ਅਰਜ਼ੀ ਦਿੱਤੀ ਗਈ ਸੀ LG ਨੂੰ ਕਿ ਹਜ਼ਾਰ ਬੱਸਾਂ ਖਰੀਦੀਆਂ ਗਈਆਂ ਸਨ ਦਿੱਲੀ ਸਰਕਾਰ ਦੇ ਵੱਲੋਂ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਵੱਲੋਂ 1000 1000 ਲੋ ਫਲੋਰ ਬਸਾਂ ਖਰੀਦੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਬੇਨੀਮੀਆ ਹਨ ਇਸ ਕਰਕੇ ਇਸ ਦੀ ਇਸ ਖਰੀਦਦਾਰੀ ਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਪ੍ਰਮੁੱਖ ਸਕੱਤਰ ਦੀ ਇਸ ਅਰਜੀ ਨੂੰ ਹੁਣ ਐਲਜੀ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ ਇਸ ਦਾ ਮਤਲਬ ਹੈ ਕਿ ਐਲਜੀ ਨੇ ਇਸ ਦੀ ਵੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਹੈ ਹੁਣ ਬਸਾਂ ਦੀ ਖਰੀਦਦਾਰੀ ਨੂੰ ਲੈ ਕੇ ਵੀ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਜਾ ਸਕਦੀ ਹੈ ਅਤੇ ਆਮ ਆਦਮੀ ਪਾਰਟੀ ਇਹਆਂ ਮੁਸ਼ਕਲਾਂ ਦਿੱਲੀ ਦੇ ਵਿੱਚ ਵੱਧ ਸਕਦੀਆਂ ਨੇ ਹੁਣ ਇਸ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਵੇਖ ਲਓ ਇਹ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਨੇ ਹਰ ਇੱਕ ਚੀਜ਼ ਦੇ ਵਿੱਚ ਇਹਨਾਂ ਨੇ ਕਪਲਾ ਕੀਤਾ ਹੈ ਵੇਖ ਲਓ ਹੁਣ ਇੱਥੇ ਵੀ ਪ੍ਰਮੁੱਖ ਸਿਕੱਤਰ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੁਣ ਸੀਬੀਆਈ ਜਾਂਚ ਹੋਵੇਗੀ ਅਤੇ ਕੇਂਦਰੀਵਾਲ ਸਰਕਾਰ ਦੀ ਧੋਖਾਧੜੀ ਪੂਰੇ ਭਾਰਤ ਦੇ ਸਾਹਮਣੇ ਆ ਜਾਵੇਗੀ ਇਹ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਉਹ ਬੱਸਾਂ ਖਰੀਦਣ ਵਾਲਾ ਟੈਂਡਰ ਰੱਦ ਕਰ ਦਿੱਤਾ ਗਿਆ ਸੀ ਨਹੀਂ ਖਰੀਦੀਆਂ ਗਈਆਂ ਸਨ ਝੂਠ ਬੋਲਦੇ ਨੇ ਐਲਜੀ ਵੀ ਝੂਠ ਬੋਲਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਝੂਠ ਬੋਲਦੇ ਨੇ ਪ੍ਰਮੁੱਖ ਸਖਤਰ ਵੀ ਝੂਠ ਬੋਲਦੇ ਨੇ ਉਹ ਬੱਸਾਂ ਖਰੀਦੀਆਂ ਹੀ ਨਹੀਂ ਗਈਆਂ ਸਨ ਸ਼ੁਰੂਆਤ ਤਾਂ ਖਰੀਦਦਾਰੀ ਦੀ ਹੋਈ ਸੀ ਪਰ ਬਾਅਦ ਦੇ ਵਿੱਚ ਟੈਂਡਰ ਰੱਦ ਕਰ ਦਿੱਤੇ ਗਏ ਸਨ ਜਦੋਂ ਹੁਣ ਬੱਸਾਂ ਖਰੀਦੀਆਂ ਹੀ ਨਹੀਂ ਗਈਆਂ ਤਾਂ ਫਿਰ ਉਸ ਦੀ ਜਾਂਚ ਹੋ ਕਿਵੇਂ ਸਕਦੀ ਹੈ ਉਸ ਦੇ ਵਿੱਚ ਕਪਲਾ ਹੋ ਕਿਵੇਂ ਸਕਦਾ ਹੈ ਸਿਰਫ ਤੇ ਸਿਰਫ ਸਾਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਐ ਐਲਜੀ ਦੇ ਵੱਲੋਂ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਪੱਖ ਵੀ ਇੱਥੇ ਸਪਸ਼ਟ ਕਰ ਦਿੱਤਾ ਗਿਆ ਹੈ ਅੱਗੇ ਵਧਦੇ ਹਾਂ ਹੁਣ ਮਾਨ ਸਰਕਾਰ ਦੇ ਮੰਤਰੀ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਦੀ ਗੱਲ ਕਰ ਲੈਣੇ ਆ ਉਨ੍ਹਾਂ ਦੀ ਇੱਕ ਕਥਿਤ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਥਿਤ ਤੌਰ ਤੇ ਉਹ ਆਪਣੇ OSG ਦੇ ਨਾਲ ਫੋਨ ਤੇ ਗੱਲ ਕਰ ਰਹੇ ਨੇ ਕਿ ਆਪਾਂ ਛਾਪਾ ਮਾਰਾਂਗੇ ਕੁਝ ਸਰਕਾਰੀ ਅਫਸਰਾਂ ਨੂੰ ਫੜਾਂਗੇ ਫਿਰ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਛੱਡਾਂਗੇ ਉਹਨਾਂ ਨਾਲ ਸੌਦਾ ਕਰਾਂਗੇ ਕਿ ਕਿੰਨੇ ਕ ਪੈਸੇ ਦਿਓਗੇ ਅਸੀਂ ਤੁਹਾਨੂੰ ਛੱਡ ਦਿੰਨੇ ਆ ਸਜ਼ਾ ਨਹੀਂ ਕਰਵਾਉਂਦੇ ਤੁਹਾਡੇ ਖਿਲਾਫ ਜਾਂਚ ਨਹੀਂ ਕਰਵਾਉਂਦੇ ਆਪਣੇ OSG ਦੇ ਨਾਲ ਮੰਤਰੀ ਫੌਜਾ ਸਿੰਘ ਸਰਾਰੀ ਕਥਿਤ ਤੌਰ ਤੇ ਇਸ ਕਾਲ रिकॉर्डिंग ਦੇ ਵਿੱਚ ਗੱਲਬਾਤ ਕਰ ਰਹੇ ਹਨ ਹੁਣ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਹੜਕੰਪ ਮਚ ਗਿਆ ਹੈ ਪੁਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇਹ ਆਡੀਓ ਟਵੀਟ ਵੀ ਕੀਤੀ ਅਤੇ ਮੰਗ ਵੀ ਕੀਤੀ ਹੈ ਕਿ ਡਾਕਟਰ ਵਿਜੇ ਸਿੰਘਲਾ ਵਾਲੀ ਆਡੀਓ ਤਾਂ ਅਜੇ ਤੱਕ ਭਗਵੰਤ ਮਾਨ ਨੇ ਜਨ ਤੱਕ ਨਹੀਂ ਕੀਤੀ ਹੈ ਜਿਸ ਮੰਤਰੀ ਦੀ ਕਾਲ ਰਿਕਾਰਡਿੰਗ ਜਨ ਤੱਕ ਹੋ ਚੁੱਕੀ ਹੈ ਉਸ ਨੂੰ ਹੁਣੇ ਹੀ ਕਟੋ ਉਸ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਵੇਖ ਲਓ ਜੋ ਪਾੜ ਖੇਰਾ ਕਹਿੰਦੇ ਨੇ ਵੇਖ ਲਓ ਡਾਕਟਰ ਵਿਜੇ ਸਿੰਘਲਾ ਦੀ ਆਡੀਓ ਰਿਕਾਰਡਿੰਗ ਸਾਹਮਣੇ ਵੀ ਨਹੀਂ ਆਈ ਉਸ ਨੂੰ ਕੱਢ ਦਿੱਤਾ ਗਿਆ ਸੀ ਜਿਸ ਮੰਤਰੀ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਆਡੀਓ ਉਸ ਨੂੰ ਅਜੇ ਤੱਕ ਨਹੀਂ ਕੱਢਿਆ ਗਿਆ ਇਹਦਾ ਮਤਲਬ ਹੈ ਕਿ ਡਾਕਟਰ ਵਿਜੇ ਸਿੰਘਲਾ ਨੂੰ ਗਲਤ ਤਰੀਕੇ ਨਾਲ ਸਿਰਫ ਹਾਈ ਪੋਲੈਂਡ ਲਈ ਆਪਣੇ ਆਪ ਨੂੰ ਚੰਗਾ ਦਿਖਾਉਣ ਲਈ ਹੀ ਕੱਢਿਆ ਗਿਆ ਸੀ ਜੇਕਰ ਪ੍ਰੀਟਾਚਾਰ ਦੇ ਖਿਲਾਫ ਆਪ ਨੇ ਕੰਮ ਕਰਨਾ ਹੁੰਦਾ ਤਾਂ ਹੁਣ ਤੱਕ ਫੌਜਾ ਸਿੰਘ ਸਰਾਰੀ ਨੂੰ ਕੱਢ ਦਿੱਤਾ ਗਿਆ ਹੁੰਦਾ ਫੌਜਾ ਸਿੰਘ ਸਰਾਰੀ ਦੇ ਵੱਲੋਂ ਵੀ ਇੱਥੇ ਇਸ ਆਡੀਓ ਨੂੰ ਫੇਕ ਜਾਲੀ ਦੱਸ ਦਿੱਤਾ ਗਿਆ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਲੈ ਕੇ ਕੀ ਕਰਨਗੇ ਜਾਂਚ ਕਰਵਾਉਣਗੇ ਜਾਂ ਫਿਰ ਆਪਣੇ ਮੰਤਰੀ ਨੂੰ ਕੱਢ ਦੇਣਗੇ ਜੇਲ੍ਹ ਭੇਜ ਦੇਣਗੇ ਪੁਲਿਸ ਤੋਂ ਫੜਵਾ ਦੇਣਗੇ ਪਰਚਾ ਦਰਜ ਕਰਵਾ ਦੇਣਗੇ ਜਾਂ ਫਿਰ ਚੁੱਪ ਵੱਟ ਲੈਣਗੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਅੱਗੇ ਵਧਦੇ ਹਾਂ ਇੱਕ ਹੋਰ ਆਪ ਵਿਧਾਇਕ ਦੀ ਗੱਲ ਹੀ ਕਰ ਲੈਣੇ ਆ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਦੀ ਦੂਜੀ ਪਤਨੀ ਵਾਲਾ ਕੇਸ ਹੁਣ ਹੋਰ ਵੀ ਅੱਗੇ ਵਧਦਾ ਦਿਖਾਈ ਦਿੰਦਾ ਹੈ ਉਹਨਾਂ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਸੀ ਹੁਣ ਉਹਨਾਂ ਨੇ ਆਪਣੀ ਦੂਜੀ ਪਤਨੀ ਗੁਰਪ੍ਰੀਤ ਕੌਰ ਤੇ ਪਰਚਾ ਦਰਜ ਕਰਵਾ ਦਿੱਤਾ ਹੈ ਸਨੌਰ ਹਲਕੇ ਦੇ ਥਾਣਾ ਜੁਲਕਰ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਆਈਟੀ ਐਕਟ ਦੇ ਤਹਿਤ ਆਪਣੀ ਦੂਜੀ ਪਤਨੀ ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਜੋ ਵੀ ਗੁਰਪ੍ਰੀਤ ਕੌਰ ਦੇ ਨਾਲ ਮੇਰਾ ਚੱਲਦਾ ਸੀ ਉਹ ਬਿਲਕੁਲ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਚੱਲ ਰਿਹਾ ਸੀ ਜਿਹੜਾ ਮੈਂ ਦੂਜਾ ਵਿਆਹ ਕਰਵਾਇਆ ਸੀ ਉਹ ਵੀ ਸਭ ਦੀ ਸਹਿਮਤੀ ਦੇ ਨਾਲ ਹੀ ਕਰਵਾਇਆ ਸੀ ਇਥੋਂ ਤੱਕ ਕਿ ਮੇਰੀ ਪਹਿਲੀ ਪਤਨੀ ਵੀ ਸਹਿਮਤ ਸੀ ਫਿਰ ਇਹ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਮਤਲਬ ਕੀ ਬਣਦਾ ਹੈ ਜਾਣ ਬੁੱਝ ਕੇ ਮੈਨੂੰ ਬਦਨਾਮ ਕਰਨ ਲਈ ਗੁਰਪ੍ਰੀਤ ਕੌਰ ਦੇ ਵੱਲੋਂ ਇਹ ਕੰਮ ਕੀਤਾ ਗਿਆ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਜੁਲਕਾ ਥਾਣੇ ਦੇ ਵਿੱਚ ਗੁਰਪ੍ਰੀਤ ਕੌਰ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਪਠਾਨ ਮਾਜਰਾ ਤਾਂ ਇਹ ਵੀ ਕਹਿੰਦੇ ਨੇ ਮੇਰੇ ਕੋਲੋਂ ਗਲਤ ਕੰਮ ਕਰਵਾਉਣ ਨੂੰ ਫਿਰਦੀ ਸੀ ਮੇਰੀ ਦੂਜੀ ਘਰ ਵਾਲੀ ਇਸ ਕਰਕੇ ਮੈਂ ਉਹ ਨਹੀਂ ਕੀਤਾ ਤਾਂ ਮੇਰੀ ਅਸਲੀ ਵੀਡੀਓ ਇਸਨੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਇਸ ਦੇ ਪਿੱਛੇ ਵਿਰੋਧੀ ਪਾਰਟੀਆਂ ਦਾ ਹੱਥ ਹੈ ਇਹ ਗੰਭੀਰ ਇਲਜ਼ਾਮ ਆਪ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਲਾ ਦਿੱਤੇ ਗਏ ਨੇ ਅੱਗੇ ਵਧਦੇ ਆ ਪਾਇਲ ਤੋਂ ਵਿਧਾਇਕ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਗੱਲ ਕਰ ਲੈਨੇ ਆ ਗਿਆਸਪੁਰਾ ਤੇ ਇਲਜ਼ਾਮ ਲਾਇਏ ਸਨ ਦਰਾਹਾ ਦੇ ਇੱਕ ਆਇਲਸ ਇੰਸਟੀਚਿਊਟ ਵਾਲੀ ਮੈਡਮ ਦੇ ਵੱਲੋਂ ਲਾਏ ਗਏ ਸਨ ਇਲਜ਼ਾਮ ਕਿ ਇਹਨਾਂ ਨੇ ਮੈਨੂੰ ਆਪਣੇ ਦਫ਼ਤਰ ਸੱਦਿਆ ਦਫ਼ਤਰ ਸੱਦ ਕੇ ਮੇਰੇ ਨਾਲ ਬਤਮੀਜ਼ੀ ਕੀਤੀ ਮੇਰੇ ਕੋਲੋਂ ਪਾਰਟੀ ਫੰਡ ਮੰਗਿਆ ਉਸ ਤੋਂ ਬਾਅਦ ਮੇਰੇ ਦਫ਼ਤਰ ਤੇ ਛਾਪੇਮਾਰੀ ਕਰਵਾਈ ਪੁਲਿਸ ਭੇਜ ਦਿੱਤੀ ਮੈਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਉਸ ਤੋਂ ਬਾਅਦ ਉਸ ਮੈਡਮ ਤੇ ਪਰਚਾ ਵੀ ਦਰਜ ਹੋ ਗਿਆ ਅਤੇ ਹੁਣ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਵਿੱਚ ਗਿਆਸਪੁਰਾ ਦਾ ਪੱਖ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਵੀ ਆਪਣਾ ਪੱਖ ਸਪਸ਼ਟ ਕੀਤਾ ਪਹਿਲੀ ਗੱਲ ਤਾਂ ਇਹ ਮਨਵਿੰਦਰ ਸਿੰਘ ਗਿਆਸਪੁਰਾ ਮੰਨੇ ਕਿ ਹਾਂ ਸੀ ਆਪਣੇ ਦਫਤਰ ਮੈਡਮ ਜੀ ਨੂੰ ਬੁਲਾਇਆ ਸੀ ਮੇਰੇ ਕਿਸੇ ਬੰਦੇ ਨੇ ਫੋਨ ਕਰਕੇ ਮੈਡਮ ਨੂੰ ਦਫਤਰ ਸੱਦਿਆ ਪਰ ਇਹ ਮੈਡਮ ਸਾਡੇ ਦਫਤਰ ਆ ਕੇ ਪੰਨ ਤੋੜ ਕਰਨ ਲੱਗ ਪਈ ਗਾਲਾਂ ਕੱਢਣ ਲੱਗ ਪਈ ਡਿਆਸਪੋਰਾ ਕਹਿੰਦੇ ਨੇ ਸੱਦਿਆ ਇਸ ਲਈ ਸੀ ਕਿਉਂਕਿ ਮੇਰੇ ਕੋਲ 17 18 ਸ਼ਿਕਾਇਤਾਂ ਆਈਆਂ ਸਨ ਕਿ ਇਹ ਮੈਡਮ ਲੋਕਾਂ ਨੂੰ ਬਾਹਰ ਭੇਜਣ ਦੇ ਨਾਮ ਤੇ ਧੋਖਾ ਕਰਦੀ ਹੈ ਅਤੇ ਧੋਖਾ ਹੀ ਨਹੀਂ ਕਰਦੀ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਮੂੰਹ ਤੇ ਮਾਵਾ ਅਤੇ ਪੈਣਾ ਦੀਆਂ ਗੰਦੀਆਂ ਗੰਦੀਆਂ ਗਾਲ੍ਹਾਂ ਵੀ ਕੱਢਦੀ ਹੈ ਪਾਸਪੋਰਟ ਰੱਖ ਲੈਂਦੀ ਹੈ ਪੈਸੇ ਵੀ ਲੈ ਲੈਂਦੀ ਹੈ ਤੇ ਵੀਜ਼ੇ ਨਹੀਂ ਲਵਾਉਂਦੀ ਲੋਕਾਂ ਨੂੰ ਬਾਹਰ ਨਹੀਂ ਭੇਜਦੀ ਇਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਮੈਡਮ ਠੱਗ ਹੈ 17 ਤੋਂ 18 ਸ਼ਿਕਾਇਤਾਂ ਮੈਨੂੰ ਮਿਲੀਆਂ ਸਨ ਦਫ਼ਤਰ ਸੱਦੇ ਆ ਗਿਆ ਤੇ ਦਫ਼ਤਰ ਆ ਕੇ ਇਸ ਨੇ ਪੰਨ ਤੋੜ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਪਰ ਮੈਂ ਇਸ ਮੈਡਮ ਨੂੰ ਬਖਸ਼ਾਂਗਾ ਨਹੀਂ ਜਿਹੜੀਆਂ ਬਾਕੀ ਸ਼ਿਕਾਇਤਾਂ ਆਈਆਂ ਨੇ ਉਹਨਾਂ ਦੇ ਵਿੱਚ ਵੀ ਕਾਨੂੰਨੀ ਕਾਰਵਾਈ ਇਸ ਦੇ ਖਿਲਾਫ ਜ਼ਰੂਰ ਹੋਏਗੀ ਇਹ ਫਰਾਡ ਹੈ ਇਹ ਧੋਖੇਬਾਜ਼ ਹੈ ਇਹ ਠੱਗ ਹੈ ਅਜਿਹੀ ਸ਼ਬਦਾਵਲੀ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਵਰਤ ਦਿੱਤੀ ਗਈ ਹੈ ਉਸ ਮੈਡਮ ਦਾ ਵੀ ਇੱਕ ਨਵਾਂ ਬਿਆਨ ਵੀ ਸਾਹਮਣੇ ਆ ਗਿਆ ਹੈ ਉਸ ਮੈਡਮ ਦਾ ਕਹਿਣਾ ਹੈ ਕਿ ਮੈਂ ਗੱਡੀ ਲਈ ਰੇਂਜ ਰੋਵਰ ਅਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਦੇ ਦਫ਼ਤਰ ਤੋਂ ਮੰਗ ਆ ਗਈ ਕਿ 1 ਲੱਖ ਪ੍ਰਤੀ ਮਹੀਨਾ ਸਾਨੂੰ ਪੈਸੇ ਦਿਆ ਕਰੋ ਨਹੀਂ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਵਾਂਗੇ ਮੈਂ ਕਿਉਂ 20 ਲੱਖ ਰੁਪਇਆ ਮੈਂ ਨਹੀਂ ਦਿਆਂਗੀ ਮੈਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਅੱਜ ਇਹ ਇਲਜ਼ਾਮ ਵੀ ਹੁਣ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਲੱਗੇ ਨੇ ਗਿਆਸਪੁਰਾ ਕਹਿੰਦੇ ਨੇ ਐਵੇਂ ਬੋਲੀ ਜਾਂਦੀ ਐ ਕੁਝ ਵੀ ਬੋਲੀ ਜਾਂਦੀ ਐ ਪਹਿਲਾਂ ਨਹੀਂ ਕਿੰਨੇ ਲੱਖ ਰੁਪਇਆ ਮੰਗਿਆ ਹੁਣ ਲੱਖ ਰੁਪਇਆ ਕਹਿਣ ਲੱਗ ਪਈ ਐ ਬਿਲਕੁਲ ਗਲਤ ਇਲਜ਼ਾਮ ਆ ਮੇਰੇ ਤੇ ਲਾਏ ਜਾ ਰਹੇ ਨੇ ਸਗੋਂ ਇਸ ਤੇ ਹੁਣ ਕਾਨੂੰਨੀ ਕਾਰਵਾਈ ਹੋਏਗੀ ਬਖਸ਼ਾਂਗੇ ਨਹੀਂ ਗਿਆਸਪੁਰਾ ਦੇ ਵੱਲੋਂ ਇੱਥੇ ਇਹ ਐਲਾਨ ਕਰ ਦਿੱਤਾ ਗਿਆ ਅੱਗੇ ਵਾਦੇ ਆ ਸਿੱਧੂ ਮੁਸੇਵਾਲਾ ਕੇਸ ਦੀ ਗੱਲ ਕਰ ਲੈਨੇ ਆ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਪੰਜਾਬ ਲੈ ਕੇ ਆਈ ਉਸ ਦੇ ਵਿੱਚ ਦੀਪਕ ਮੁੰਡੀ ਪੰਡਿਤ ਅਤੇ ਜੋਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਾਨਸਾ ਦੀ ਅਦਾਲਤ ਦੇ ਵਿੱਚ ਇਹਨਾਂ ਤਿੰਨਾਂ ਨੂੰ ਪੇਸ਼ ਕੀਤਾ ਗਿਆ 6 ਦਿਨ ਦਾ ਰਿਮਾਂਡ ਮਿਲ ਗਿਆ 17 ਸਤੰਬਰ ਨੂੰ ਹੁਣ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪਰ ਇਹਨਾਂ ਗ੍ਰਿਫਤਾਰੀਆਂ ਨੂੰ ਲੈ ਕੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਕੁਝ ਖੁਲਾਸੇ ਵੀ ਕੀਤੇ ਗਏ ਨੇ ਡੀਜੀਪੀ ਨੇ ਦੱਸਿਆ ਕਿ ਇਹ ਦੁਬਈ ਜਾਣ ਦੀ ਫਿਰਾਕ ਦੇ ਵਿੱਚ ਸਨ ਸਾਨੂੰ ਇਨਪੁਟ ਮਿਲੀ ਕਿ ਉੱਥੇ ਇਹ ਬਾਰਡਰ ਤੇ ਨੇ ਨੇਪਾਲ ਦੇ ਬਾਰਡਰ ਤੇ ਅਸੀਂ ਜਾ ਕੇ ਫੜ ਲਿਆ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਦੇ ਨਾਲ ਮਿਲ ਕੇ ਪਰਾ ਇਹਨਾਂ ਦੇ ਵਿੱਚ ਕੁਝ ਹੋਰ ਵੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ ਸਚਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਮੁੰਬਈ ਰਹਿ ਕੇ ਆਏ ਨੇ ਸਲਮਾਨ ਖਾਨ ਦੀ ਵੀ ਰੇਕੀ ਕਰਕੇ ਆਏ ਨੇ ਇਹ ਮਸਲਾ ਬਹੁਤ ਗੰਭੀਰ ਹੈ ਅਸੀਂ ਇਸ ਮੁੱਦੇ ਤੇ ਵੀ ਜਾਂਚ ਕਰਾਂਗੇ ਪਰ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਰਿਮਾਂਡ ਲੈ ਲਿਆ ਗਿਆ ਹੈ ਪੁੱਛਗਿੱਛ ਹੋਵੇਗੀ ਅਤੇ ਜੋ ਵੀ ਕੁਝ ਬਾਕੀ ਬਚਿਆ ਹੈ ਸਾਰਾ ਕੁਝ ਇਹਨਾਂ ਤੋਂ ਉਗਲਵਾਇਆ ਜਾਵੇਗਾ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਹੁਣ ਬਿਆਨ ਵੀ ਸਾਹਮਣੇ ਆ ਗਏ ਨੇ ਉਹ ਕਹਿੰਦੇ ਨੇ ਠੀਕ ਹੈ ਕਰਨਧਿਆ ਨੂੰ ਗ੍ਰਿਫਤਾਰ ਕੀਤਾ ਏ ਪਰ ਜਿਹੜੇ ਪਿੱਛੇ ਸਾਜ਼ਿਸ਼ ਕਰਤਾ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਮਾਤਾ ਅਤੇ ਪਿਤਾ ਦੋਵਾਂ ਦੇ ਵੱਲੋਂ ਹੁਣ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਸੁਰੱਖਿਆ ਘਟਾਈ ਸੀ ਉਹਦੀ ਜਾਣਕਾਰੀ ਲੀਕ ਕੀਤੀ ਸੀ ਉਹ ਤਾਂ ਦੱਸੋ ਅਜੇ ਤੱਕ ਉਹ ਦੱਸਿਆ ਤੱਕ ਨਹੀਂ ਕਾਰਵਾਈ ਕਰਨੀ ਤਾਂ ਦੂਰ ਦੀ ਗੱਲ ਹੈ ਇਹ ਦੱਸ ਦੇ ਤੱਕ ਨਹੀਂ ਪਹਿਲਾਂ 16 ਗਨਮੈਨ ਸਨ ਘਟਾ ਕੇ 8 ਕੀਤੇ 8 ਤੋਂ 4 ਕੀਤੇ 4 ਤੋਂ 2 ਕੀਤੇ ਕਿਸ ਨੇ ਕੀਤੇ ਕਿਉਂ ਕੀਤੇ ਅਤੇ ਉਹਦੀ ਜਾਣਕਾਰੀ ਫਿਰ ਸੋਸ਼ਲ ਮੀਡੀਆ ਤੇ ਲੀਕ ਕਿਸ ਨੇ ਕੀਤੀ ਦੱਸਣਾ ਜ਼ਰੂਰ ਚਾਹੀਦਾ ਹੈ ਮਾਤਾ ਪਿਤਾ ਦੇ ਵੱਲੋਂ ਇਹ ਮੰਗ ਪੰਜਾਬ ਸਰਕਾਰ ਦੇ ਅੱਗੇ ਰੱਖੀ ਜਾ ਰਹੀ ਹੈ ਅੱਗੇ ਵਧਦੇ ਆ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਦ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਸਕਦੀਆਂ ਨੇ ਜੰਗਲਾਤ ਕੋਟਾਲੇ ਦੇ ਵਿੱਚ ਉਹ ਜੇਲ੍ਹ ਗਏ ਸਨ ਮਸਾ ਮਸਾ ਜ਼ਮਾਨਤ ਲੈ ਕੇ ਬਾਹਰ ਆਏ ਹੁਣ ਉਹ ਬਾਹਰ ਨੇ ਜੇਲ੍ਹ ਤੋਂ ਛੁੱਟ ਗਏ ਨੇ ਪਰ ਉਹਨਾਂ ਦੇ ਖਿਲਾਫ ਹੁਣ ਵਜੀਫਾ ਕੋਟਾਲੇ ਦੀ ਜਾਂਚ ਨੂੰ ਵੀ ਹਰੀ ਛੰਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੇ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਅਫਸਰ ਦੇ ਵੱਲੋਂ ਇਸ ਘੁਟਾਲੇ ਦਾ ਖੁਲਾਸਾ ਕੀਤਾ ਗਿਆ ਸੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਲੀਨ ਚਿੱਟ ਦੇ ਦਿੱਤੀ ਸੀ ਕਿ ਕੋਈ ਵੀ ਅਜਿਹਾ ਘੁਟਾਲਾ ਨਹੀਂ ਹੋਇਆ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਤਕਰੀਬਨ 350 ਕਰੋੜ ਰੁਪਏ ਦਾ ਇੱਕ ਾਪਲਾ ਦੱਸਿਆ ਜਾ ਰਿਹਾ ਹੈ ਇਸ ਮਸਲੇ ਦੇ ਵਿੱਚ ਹੁਣ ਜਦੋਂ ਹੁਕਮ ਦੇ ਦਿੱਤੇ ਗਏ ਨੇ ਤਾਂ ਵਿਜੀਲੈਂਸ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਜੋ ਇਸ ਦੇ ਵਿੱਚ ਮੁੱਖ ਮਸਲਾ ਸੀ ਮੁੱਖ ਮਸਲਾ ਏਸੀ ਕੇ ਅਜਿਹੇ ਕਾਲਜਾਂ ਨੂੰ ਵਜ਼ੀਫੇ ਜਾਰੀ ਕਰ ਦਿੱਤੇ ਗਏ ਜਿਹੜੇ ਕਿ ਜ਼ਮੀਨੀ ਪੱਧਰ ਤੇ ਹੈ ਹੀ ਨਹੀਂ ਇਹ ਇਲਜ਼ਾਮ ਲੱਗੇ ਸਨ ਅਤੇ ਹੁਣ ਜਾਂਚ ਹੋਵੇਗੀ ਅਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਜਹੀ ਕੋਈ ਗੱਲ ਸੀ ਵੀ ਜਾਂ ਫਿਰ ਨਹੀਂ ਜੇਕਰ ਕੁਝ ਨਿਕਲ ਆਉਂਦਾ ਹੈ ਤਾਂ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਸਕਦੀਆਂ ਨੇ ਕਿਉਂਕਿ ਜੰਗਲਾਤ ਘਟਾਲੇ ਦੇ ਵਿੱਚ ਵੀ ਬਰੀ ਨਹੀਂ ਹੋਏ ਸਿਰਫ ਜ਼ਮਾਨਤ ਹੀ ਮਿਲੀ ਹੈ ਅਤੇ ਜੇਕਰ ਇੱਕ ਹੋਰ ਕਪਲਾ ਉਹਨਾਂ ਦੇ ਖਿਲਾਫ ਸਾਹਮਣੇ ਆ ਜਾਂਦਾ ਹੈ ਤਾਂ ਮੁਸ਼ਕਲਾਂ ਵੱਧ ਸਕਦੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਾਂ ਪੰਜਾਬ ਦੀ ਬਦਨਾਮੀ ਇਸ ਵਾਰ ਨਹੀਂ ਹੋਣ ਦੇਣੀ ਹੈ ਢਾਲੀਵਾਲ ਕਹਿੰਦੇ ਨੇ ਜਦੋਂ ਚੋਨੇ ਦੀ ਪਰਾਲੀ ਫੂਕੀ ਜਾਂਦੀ ਹੈ ਤਾਂ ਦੂਜੇ ਸੂਬਿਆਂ ਦੇ ਵਿੱਚ ਦਿੱਲੀ ਵਰਗੇ ਸੂਬਿਆਂ ਦੇ ਵਿੱਚ ਧੂਆਂ ਜਾਂਦਾ ਹੈ ਫਿਰ ਉਹ ਲੋਕ ਕਹਿੰਦੇ ਨੇ ਕਿ ਵੇਖ ਲਓ ਪੰਜਾਬ ਦੇ ਲੋਕਾਂ ਨੇ ਪ੍ਰਦੂਸ਼ਣ ਫਲਾ ਦਿੱਤਾ ਹੈ ਆਪਣੀ ਬਦਨਾਮੀ ਹੁੰਦੀ ਹੈ ਇਸ ਵਾਰ ਆਪਾਂ ਬਦਨਾਮੀ ਨਹੀਂ ਹੋਣ ਦੇਣੀ ਹੈ ਕਹਿੰਦੇ ਨੇ ਕੇਂਦਰ ਸਰਕਾਰ ਤੋਂ ਪੈਸੇ ਮੰਗੇ ਸਨ ਉਹਨਾਂ ਨੇ ਨਾ ਕਰ ਦਿੱਤੀ ਹੈ ਕੋਈ ਗੱਲ ਨਹੀਂ ਅਸੀਂ ਮਸ਼ੀਨਾਂ ਵੰਡਾਂਗੇ ਟੋਟਲ ਸਵਾ ਲੱਖ ਦੇ ਕਰੀਬ ਅਸੀਂ ਮਸ਼ੀਨਾਂ ਵੰਡਾਂਗੇ ਉਹਨਾਂ ਨੇ ਅੰਕੜਾ ਵੀ ਦੱਸਿਆ ਹੈ ਕਹਿੰਦੇ ਨੇ ਮਸ਼ੀਨਾਂ ਵੰਡਾਂਗੇ 122522 ਪੂਰੇ ਪੰਜਾਬ ਦੇ ਵਿੱਚ ਪਰਾਲੀ ਨੂੰ ਸੰਭਾਲਣ ਵਾਲੀਆਂ ਇਹ ਮਸ਼ੀਨਾਂ ਵੰਡੀਆਂ ਜਾਣਗੀਆਂ ਇਸ ਤੋਂ ਇਲਾਵਾ 15 ਸਤੰਬਰ ਤੋਂ ਖੇਤੀਬਾੜੀ ਵਿਭਾਗ ਦੇ ਸਾਰੇ ਕਰਮਚਾਰੀ ਅਧਿਕਾਰੀ ਲੋਕਾਂ ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋਣਗੇ ਇਸ ਚੀਜ਼ ਦਾ ਪ੍ਰਚਾਰ ਸਾਰੇ ਕਰਮਚਾਰੀ ਕਰਨਗੇ ਕਿ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਹੈ ਅਖਬਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਮਸ਼ਹੂਰੀਆਂ ਦਿੱਤੀਆਂ ਜਾਣਗੀਆਂ ਕੰਧਾਂ ਤੇ ਪੇਂਟਿੰਗਸ ਵੀ ਕਰਵਾਈਆਂ ਜਾਣਗੀਆਂ ਜਿਸ ਤੇ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਹੈ ਅਸੀਂ ਕਿਸਾਨਾਂ ਨੂੰ ਸੁਚੇਤ ਜਾਗਰੂਕ ਕਰਨ ਦੀ ਕੋਸ਼ਿਸ਼ ਕਰਾਂਗੇ ਟਾਲੀਵਾਲ ਤੋਂ ਪੁੱਛਿਆ ਗਿਆ ਤੁਸੀਂ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਦਿੱਲੀ ਸਰਕਾਰ ਨੇ ਇੱਕ ਘੋਲ ਬਣਾਇਆ ਏ ਛਿੜਕੀ ਦਾ ਏ ਪ੍ਰਾਲੀ ਗੜ ਜਾਂਦੀ ਏ ਖਾਦ ਬਣ ਜਾਂਦੀ ਏ ਕਿੱਥੇ ਗਿਆ ਘੋਲ ਕੁਲਦੀਪ ਢਾਲੀਵਾਲ ਨੇ ਜਵਾਬ ਦਿੱਤਾ ਕਿ ਅਸੀਂ ਉਹ ਘੋਲ ਬਾਰੇ ਦਿੱਲੀ ਸਰਕਾਰ ਨੂੰ ਪੁੱਛਿਆ ਏ ਪਹਿਲੀ ਗੱਲ ਤਾਂ ਉਹ ਕਹਿੰਦੇ ਨੇ ਇਹ ਐ ਕਿ ਉਹ ਘੋਲ ਦਿੱਲੀ ਸਰਕਾਰ ਦੇ ਕੋਲ ਨਹੀਂ ਐ ਉਹ ਤਾਂ ਦਿੱਲੀ ਦੇ ਵਿੱਚ ਇੱਕ ਕੇਂਦਰ ਸਰਕਾਰ ਦੀ ਯੂਨੀਵਰਸਿਟੀ ਐ ਉਸ ਦੇ ਕੋਲ ਹੈ ਉਹ ਘੋਲ ਦਿੱਲੀ ਸਰਕਾਰ ਦੇ ਕੋਲ ਨਹੀਂ ਐ ਪਹਿਲੀ ਗੱਲ ਇਹ ਸਪੱਸ਼ਟ ਕੀਤੀ ਦੂਜੀ ਗੱਲ ਉਹ ਕਹਿੰਦੇ ਨੇ ਉਹ ਕੋਲ ਸਿਰਫ ਦਿੱਲੀ ਦੇ ਵਿੱਚ ਹੀ ਕੰਮ ਕਰਦਾ ਪਰਾਲੀ ਤੇ ਪੰਜਾਬ ਦੇ ਵਿੱਚ ਉਹ ਕੋਲ ਕੰਮ ਨਹੀਂ ਕਰਦਾ ਏ ਅਸੀਂ ਵਰਤ ਕੇ ਵੇਖਿਆ ਹੈ ਪੰਜਾਬ ਦੇ ਵਿੱਚ ਉਹ ਕੋਲ ਪੰਜਾਬ ਦੇ ਵਿੱਚ ਕੰਮ ਨਹੀਂ ਕਰਦਾ ਉਹ ਸਿਰਫ ਦਿੱਲੀ ਦੇ ਵਿੱਚ ਹੀ ਕੰਮ ਕਰਦਾ ਏ ਇਸ ਕਰਕੇ ਉਸ ਕੋਲ ਦੇ ਨਾਲ ਗੱਲ ਨਹੀਂ ਬਣਨੀ ਹੈ ਸਾਨੂੰ ਮਸ਼ੀਨਾਂ ਦਾ ਹੀ ਸਹਾਰਾ ਲੈਣਾ ਪਵੇਗਾ ਇਹ ਜਵਾਬ ਇਥੇ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਕੋਲ ਨੂੰ ਲੈ ਕੇ ਦਿੱਤਾ ਗਿਆ ਹੈ ਤੁਹਾਨੂੰ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਦਿੱਲੀ ਸਰਕਾਰ ਨੇ 23 ਕਰੋੜ ਰੁਪਇਆ ਖਰਚ ਕੇ ਮਸ਼ਹੂਰੀ ਕੀਤੀ ਸੀ ਕਿ ਅਸੀਂ ਪ੍ਰਾਲੀ ਦਾ ਹੱਲ ਲੱਭ ਲਿਆ ਹੈ ਅਤੇ ਹੁਣ ਕੁਲਦੀਪ ਢਾਲੀਵਾਲ ਕਹਿੰਦੇ ਨੇ ਕਿ ਉਹ ਦਿੱਲੀ ਸਰਕਾਰ ਦਾ ਕੋਲ ਥੋੜੀ ਹੈ ਉਹ ਤਾਂ ਕੇਂਦਰ ਸਰਕਾਰ ਦੀ ਯੂਨੀਵਰਸਿਟੀ ਹੈ ਜਿਸ ਨੇ ਉਹ ਕੋਲ ਬਣਾਇਆ ਸੀ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਆਪਣੇ ਹੀ ਬਿਆਨਾਂ ਦੇ ਵਿੱਚ ਘਿਰਦੀ ਇਥੇ ਦਿਖਾਈ ਦਿੰਦੀ ਹੈ ਅੱਗੇ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨੇ ਬੈਨ ਕਰ ਦਿੱਤੇ ਗਏ ਨੇ ਮਜ਼ਦੂਰਾਂ ਦੇ ਵੱਲੋਂ ਪਿੰਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਵਾਲੇ ਘਰ ਦੇ ਬਾਹਰ ਤਿੰਨ ਦਿਨਾਂ ਮੋਰਚਾ ਲਾਇਆ ਜਾਣਾ ਹੈ ਉਸ ਨੂੰ ਲੈ ਕੇ ਪ੍ਰਸ਼ਾਸਨ ਨੇ ਪਾਬੰਦੀ ਲਾ ਦਿੱਤੀ ਕਿ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਜੋ ਸਾਂਝਾ ਮੋਰਚਾ ਬਣਾਇਆ ਗਿਆ ਹੈ ਜਿਨ੍ਹਾਂ ਨੇ 12 ਤੋਂ 14 ਸਤੰਬਰ ਤੱਕ ਪੱਕਾ ਮੋਰਚਾ ਲਾਉਣਾ ਹੈ ਭਗਵੰਤ ਮਾਨ ਦੇ ਘਰ ਦੇ ਅੱਗੇ ਉਹ ਨਹੀਂ ਲਾਉਣਗੇ ਅਸੀਂ ਇਸ ਨੂੰ ਬੈਨ ਕਰਦੇ ਹਾਂ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਦੇ ਵੱਲੋਂ ਬਕਾਇਦਾ ਇਹਨਾਂ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਕਿਤੇ ਧਰਨਾ ਲਾਉਣ ਨਾ ਆਜੋ ਕਿਉਂਕਿ ਇੱਥੇ ਤਾਂ ਪਾਬੰਦੀ ਲਾ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਹਵਾਲਾ ਇਹ ਦਿੱਤਾ ਹੈ ਕਿ ਜਿਹੜੀ ਕਲੋਨੀ ਦੇ ਵਿੱਚ ਭਗਵੰਤ ਮਾਨ ਰਹਿੰਦੇ ਨੇ ਡ੍ਰੀਮ ਲੈਂਡ ਕਲੋਨੀ ਉੱਥੇ ਹੋਰ ਵੀ ਲੋਕ ਰਹਿੰਦੇ ਨੇ ਜਦੋਂ ਧਰਨਾ ਲੱਗਦਾ ਹੈ ਤਾਂ ਫਿਰ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਇਸ ਕਰਕੇ ਟਕਰਾਹ ਦੀ ਸਥਿਤੀ ਨਾ ਬਣ ਜਾਵੇ ਕਿਉਂਕਿ ਕਲੋਨੀ ਵਾਲੇ ਵੀ ਸ਼ਿਕਾਇਤਾਂ ਕਰਦੇ ਨੇ ਇਸ ਕਰਕੇ ਅਸੀਂ ਇਸ ਧਰਨੇ ਤੇ ਬੈਨ ਲਾਉਂਦੇ ਹਾਂ ਜਦੋਂ ਮਜ਼ਦੂਰ ਜਥੇਬੰਦੀਆਂ ਤੋਂ ਪੁੱਛਿਆ ਗਿਆ ਕਿ ਬੈਨ ਲੱਗ ਗਿਆ ਏ ਹੁਣ ਕੀ ਕਰੋਗੇ ਕਹਿੰਦੇ ਨੇ ਕਰਨਾ ਕੀ ਹੈ ਲਾਵਾਂਗੇ ਬੈਨ ਕਰ ਦਿੱਤਾ ਇਹ ਤਾਂ ਕੀ ਹੋ ਗਿਆ ਸਾਡਾ ਜਿਹੜਾ ਤਿੰਨ ਰੋਜ਼ਾ ਮੋਰਚਾ ਹੈ ਉਹ ਪੱਕਾ ਲੱਗੇਗਾ ਅਤੇ ਲੱਗ ਕੇ ਹੀ ਰਹੇਗਾ ਇਹ ਸਰਕਾਰ ਜਿਹੜੀ ਧਰਨਿਆਂ ਦੇ ਵਿੱਚੋਂ ਉਪਜੀ ਹੈ ਹੁਣ ਧਰਨਿਆਂ ਤੇ ਬੈਨ ਲਾਉਂਦੀ ਫਿਰਦੀ ਹੈ ਬਰਦਾਸ਼ਤ ਨਹੀਂ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਉਗਰਾਹਾ ਦੇ ਵੱਲੋਂ ਵੀ ਇਸ ਬੈਨ ਦੀ ਨਿਖੇਧੀ ਕਰ ਦਿੱਤੀ ਗਈ ਹੈ ਜੋਗਿੰਦਰ ਸਿੰਘ ਉਗਰਾਹਾ ਕਹਿੰਦੇ ਨੇ ਕਿ ਜੇਕਰ ਪਾਬੰਦੀ ਲਾਈ ਗਈ ਅਸੀਂ ਵੀ ਆ ਜਾਵਾਂਗੇ ਅਸੀਂ ਵੀ ਫਿਰ ਇਨ੍ਹਾਂ ਮਜ਼ਦੂਰਾਂ ਦੇ ਤਰਨੇ ਦਾ ਸਮਰਥਨ ਕਰਾਂਗੇ ਸਰਕਾਰ ਨੂੰ ਅਜਿਹੇ ਰਵਈਆ ਨਹੀਂ ਅਪਣਾਉਣਾ ਚਾਹੀਦਾ ਕੈਪਟਨਾਂ ਤੇ ਬਾਦਲਾਂ ਤੋਂ ਅੱਗੇ ਲੰਘਣ ਨੂੰ ਫਿਰਦੇ ਨੇ ਭਗਵੰਤ ਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਚੇਤਾਵਨੀ ਇੱਥੇ ਕਿਸਾਨ ਜਥੇਬੰਦੀ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਰੂਰੀ ਸਨ ਇਨ੍ਹਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਸਾਡੇ ਇਹ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾ ਕਰ ਲਓ ਮੈਂ ਜੱਜ ਸਿੰਘ ਚਾਹ ਲ ਅਗਲੀ ਵਾਰ ਫੇਰ ਆਦਰੂਮਾਂਗਾ ਤੁਸੀਂ ਦੇਖ ਜ਼ਰੂਰੋ ਪੰਜਾਬ ਟੀਵੀ ਹਰ ਖਬਰ ਦਾ ਸੱਚ